ਸਾਡੇ ਨਾਲ ਸ਼ੀਤਲ ਉਂਗਰਾਲ ਹਣੀ ਮੌਜੂਦ ਨੇ ਉਂਗਰਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਤੀਫਾ ਦਿੱਤਾ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਪਾਰਟੀ ਵੀ ਸਤਿ ਸ੍ਰੀ ਅਕਾਲ ਕਰਕੇ ਉਸ ਤੋਂ ਬਾਅਦ ਅਚਾਨਕ ਤੁਸੀਂ ਚੁੱਪ ਕਰ ਜਾਂਦੇ ਹੋ ਕਿ ਮੈਂ ਨਾ ਇੱਧਰ ਐ ਨਾ ਮੈਂ ਉੱਧਰ ਐ ਇੰਨੀ ਦੇਰ ਨੂੰ ਤੁਹਾਡਾ ਅਸਤੀਫਾ ਮંજૂર ਹੋ ਜਾਂਦਾ ਨਹੀਂ ਅਸਤੀਫਾ ਜਿਹੜਾ ਮંજૂર ਕਰਨ ਦੇ ਲਈ ਸਪੀਕਰ ਸਾਹਿਬ ਨੇ ਆਪਣੇ ਦਬਾਅਚ ਕੀਤਾ ਕਿਉਂਕਿ ਸਪੀਕਰ ਸਾਹਿਬ ਨੇ ਉਹਨਾਂ ਉੱਤੇ ਦਿੱਲੀ ਦੀਆਂ ਤਾਕਤਾਂ ਪੰਜਾਬ ਤੋਂ ਬਾਹਰ ਲੈਣ ਦੀਆਂ ਤਾਕਤਾਂ ਜਿਹੜੀਆਂ ਪੰਜਾਬ ਨੂੰ ਚਲਾ ਰਹੀਆਂ ਉਸ ਕਰਕੇ ਉਹਨਾਂ ਨੂੰ ਅਸਤੀਫਾ ਮਜਬੂਰ ਕਰਨਾ ਪਿਆ ਬਾਕੀ ਇਸਤੀਫੇ ਦੇ ਲਈ ਸਪੀਕਰ ਸਾਹਿਬ ਦੀ ਵੀ ਰੂਲੀਆਂ ਕੁਛ ਕਿ ਨਾ ਮੈਂਬਰ ਨੂੰ ਬੁਲਾਇਆ ਨਾ ਮੈਂਬਰ ਨੂੰ ਪੁੱਛਿਆ ਮੇਰੇ ਕੀ ਮੇਰੇ ਮਨ ਦੇ ਵਿੱਚ ਸੀ ਮੈਂ ਕਿਸ ਧਾਰਨਾ ਕਰਕੇ ਅਸਤੀਫਾ ਦੇ ਰਿਹਾ ਸਪੀਕਰ ਸਾਹਿਬ ਨੂੰ ਕਮ ਸੇ ਕਮ ਇੱਕ ਮੈਂਬਰ ਨੂੰ ਬੁਲਾ ਕੇ ਪੁੱਛਣਾ ਤਾਂ ਚਾਹੀਦਾ ਮੈਂ ਡਾਕਟਰ ਬਾਬਾ ਸਾਹਿਬ ਮਿਤਕਦੇ ਸਵਿਧਾਨ ਦੇ ਮੁਤਾਬਕ ਸਪੀਕਰ ਸਾਹਿਬ ਨੇ ਕੰਮ ਨਹੀਂ ਕੀਤਾ ਅਗਰ ਸਵਿਧਾਨ ਦੇ ਮੁਤਾਬਕ ਕੀਤਾ ਹੁੰਦਾ ਤੇ ਮੈਂ ਜ਼ਰੂਰ ਉਹਨਾਂ ਦੇ ਅਕ ਵਿਚ ਖੜਾ ਹੁੰਦਾ ਕਿਉਂਕਿ ਅਸਤੀਫਾ ਵਾਪਸ ਲੈਣ ਦੀ ਜਿਹੜੀ ਪ੍ਰੋਸੈਸ ਸੀ ਮੈਂ ਅਸਤੀਫਾ ਇਸ ਕਰਕੇ ਦਿੱਤਾ ਸੀ ਕਿ ਜਿਹੜੇ ਇਲੈਕਸ਼ਨ ਐ ਉਹ ਲੋਕ ਸਭਾ ਦੇ ਨਾਲ ਕਰਾਏ ਜਾਣ ਕਿ ਜੇਰਾ ਪੰਜਾਬ ਦੇ ਖਜ਼ਾਨੇ ਤੇ ਬੋਝ ਨਾ ਪਵੇ ਕਿ ਇਲੈਕਸ਼ਨ ਜਿਹੜੀ ਇੱਕ ਤਰੀਕ ਨੂੰ ਗਈ ਹੈ ਜੇ ਉਹਦੇ ਨਾਲ ਹੀ ਇਹ ਚਨਾਵ ਹੋਣਾ ਚਾਹੀਦਾ ਇਹਨਾਂ ਨੇ ਆਪਣੀ ਸਰਕਾਰ ਦੀਆਂ ਨਲੈਕੀਆਂ ਕਰਕੇ ਇਲੈਕਸ਼ਨ ਨਹੀਂ ਕਰਵਾਇਆ ਚਲੋ ਕੋਈ ਗੱਲ ਨਹੀਂ ਨਹੀਂ ਕਰਵਾਇਆ ਸੀਫਾ ਵੀ ਮਨਜ਼ੂਰ ਕਰ ਲਿਆ ਇਲੈਕਸ਼ਨ ਵੀ ਆ ਗਈ ਹੈ ਹੋਰ ਇੱਕ ਮਹੀਨੇ ਬਾਅਦ ਪਤਾ ਲੱਗ ਜਾਊਗਾ ਕਿ ਕੀ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਲੰਦਰ ਦੇ ਲੋਕ ਦੱਸਣਗੇ ਕਿ ਮੈਂ ਕਿਸ ਕਰਕੇ ਅਸਤੀਫਾ ਦਿੱਤਾ ਸੀ ਅਸਤੀਫਾ ਦੇਣ ਦੇ ਕਾਰਨ ਮੇਰੇ ਇਹ ਸੀ ਪਰ ਦੇਖੋ ਤੁਸੀਂ ਤਾਂ ਖੜੇ ਹੋਗੇ ਤੁਹਾਨੂੰ ਟਿਕਟ ਦੇਤੀ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਤੁਹਾਨੂੰ ਜਿਤਾਤਾ ਐ ਐਮਐਲ ਬਣਾਤਾ ਤੁਸੀਂ ਅਸਤੀਫਾ ਦੇ ਦਿੰਦੇ ਹੋ ਤੁਸੀਂ ਪਾਰਟੀ ਬਦਲ ਲੈਂਦੇ ਹੋ ਪਰ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਇੱਕ ਵਾਰੀ ਅਸਤੀਫਾ ਦਿੱਤਾ ਉਸ ਤੋਂ ਬਾਅਦ ਮਨ ਦੇ ਵਿੱਚ ਐਸੇ ਕਿਹੜੇ ਭਾਵ ਆਏ ਕਿ ਯਾਰ ਮੈਂ ਅਸਤੀਫਾ ਵਾਪਸ ਲੈਣਾ ਫਿਰ ਮਤਲਬ ਉਹ ਪਰਿਵਰਤਨ ਕਿਵੇਂ ਆਇਆ ਪਿਛਲੇ 22 ਤਰੀਕ ਦੇ ਲਗਭਗ ਮੈਨੂੰ ਨਾ ਇੱਕ ਚਿੱਠੀ ਆਂਦੀ ਹੈ ਸਪੀਕਰ ਸਾਹਿਬ ਵੱਲੋਂ ਕਿ 3 ਤਰੀਕ ਤੁਸੀਂ ਸਵੇਰ 11 ਵਜੇ ਵਿਧਾਨ ਸਭਾ 'ਚ ਪੇਸ਼ ਹੋਵੋ ਆਪਣੇ ਸਤੀਫੇ ਦੀ ਰਗਾੜੀ ਮੈਂ ਆਪਣੇ ਲੋਕਾਂ ਦੀ ਮੀਟਿੰਗ ਬੁਲਾਈ 26 ਤਰੀਕ ਜਿਹੜੇ ਲੋਕਾਂ ਨੇ ਮੈਨੂੰ ਐਮ ਐਲ ਏ ਬਣਾਇਆ ਜਿਨ੍ਹਾਂ ਲੋਕਾਂ ਨੇ ਮੇਰੇ ਲਈ ਦਿਨ ਰਾਤ ਲੜਾਈ ਲੜੀ ਅਤੇ ਉਹ ਸਾਰਿਆਂ ਨੇ ਕਿਹਾ ਕਿ ਯਾਰ ਵੋਟ ਤੇ ਅਸੀਂ ਤੈਨੂੰ ਪਾਈ ਸੀ ਅਸੀਂ ਵੋਟ ਤੇ ਤੈਨੂੰ ਐਮ ਐਲ ਏ ਚੁਣਿਆ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਪਾਰਟੀ ਦੇ ਰਿਜ਼ਲਟ ਤੁਸੀਂ ਦੇਖੀ ਲੈਸ ਤਰੀਕ ਪਾਰਟੀ ਦੀ ਵੋਟ ਬੈਂਕ ਕਿੰਨੀ ਹੈ ਸਾਡੀ ਕਿੰਨੀ ਵੋਟ ਬੈਂਕ ਹੈ ਇਸ ਕਰਕੇ ਉਹਨਾਂ ਲੋਕਾਂ ਨੇ ਮੈਨੂੰ ਬਹੁਤ ਪ੍ਰੈਸ਼ਰ ਕੀਤਾ ਕਿ ਯਾਰ ਜੇ ਤੂੰ ਅਸਤੀਫਾ ਦਿੱਤਾ ਸੀ ਚਲੋ ਤੂੰ ਦੇ ਦਿੱਤਾ ਅਸਤੀਫਾ ਪਰ ਤੂੰ ਮੰਗ ਕੀਤੀ ਸੀ ਸਪੀਕਰ ਸਾਹਿਬ ਨੂੰ ਕਿ ਇਲੈਕਸ਼ਨ ਲੋਕ ਸਭਾ ਦੇ ਨਾਲ ਕਰਾਇਆ ਜਿੱਦਾਂ ਨਹੀਂ ਤਾਂ ਅਸਤੀਫਾ ਦੇਣ ਲੱਗੇ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਸੀ ਜਿਨ੍ਹਾਂ ਨੇ ਕਿਹਾ ਕਿ ਕਾ ਤੂੰ ਅਸਤੀਫਾ ਦਿੰਦਾ ਨਹੀਂ ਚਲੋ ਉਸ ਟਾਈਮ ਕਾਲੀ ਡਿਸੀਜਨ ਵੀ ਲਿਆ ਗਿਆ ਕੁਝ ਤੁਹਾਨੂੰ ਲੱਗਦਾ ਕਿ ਉਹ ਕਾਲੀ ਜਿਹਾ ਡਿਸੀਜਨ ਲੈ ਕੇ ਤੁਸੀਂ ਹੋ ਸਕਦਾ ਕਾਲੀ ਵੀ ਹੋ ਸਕਦਾ ਪਰ ਮੈਂ ਲਿਆ ਕਿਸ ਕਰਕੇ ਸੀ ਜਲੰਧਰ ਦੇ ਡਿਵੈਲਪਮੈਂਟ ਜਿਹੜੀ ਜ਼ੀਰੋ ਕਿਉਂਕਿ ਮੇਰੇ ਜਿਹੜੇ ਲੋਕ ਆ ਮੇਰੇ ਬਹੁਤ ਦੁਖੀ ਸੀ ਜਦੋਂ ਮੇਰੇ ਕੋ ਕੰਮ ਲੈ ਕੇ ਆ ਕੋਈ ਅੰਬਸੁਰ ਗੱਡੀਆਂ ਮੰਗਾਲੀਆਂ ਕੋਈ ਹਿਾਰਪੁਰੂ ਮੰਗਾਲੀਆਂ ਅੱਜ ਇੱਕ ਮਹੀਨਾ ਕੰਮ ਦੱਸਣ ਦੇ ਲਈ ਮੈਂ ਜਲੰਧਰ 'ਚ ਅੱਜ ਵੀਡੀਓ ਬਣਾਵਾ ਕੇ ਲੈ ਕੇ ਆ ਰਹੇ ਆ ਕਿ ਅੱਜ ਮਸ਼ੀਨਾਂ ਬਾਹਰ ਲੀਆਂ ਕੰਮ ਕਰ ਰਹੀਆਂ ਆ ਕੇ ਪਿਛਲੇ 2 ਸਾਲ ਤੂੰ ਜਲੰਧਰ ਵਾਸਤੇ ਲੋਕ ਨਰਕ 'ਚ ਰਹਿ ਰਹੇ ਆ ਨਰਕ 'ਚ ਤੁਸੀਂ ਬੜੇ ਐਗਰੈਸਿਵ ਐਮਐਲਏ ਦੇ ਤੌਰ ਤੇ ਦੇਖੇ ਗਏ ਤਾਂ ਫਿਰ 2 ਸਾਲ ਜਦੋਂ ਤੁਸੀਂ ਐਮਐਲਏ ਸੀ ਫਿਰ ਤੁਸੀਂ ਉਦੋਂ ਰੌਲਾ ਰੱਪਾ ਪਾ ਕੇ ਜੋ ਹੁਣ ਜੋ ਸਤੀਫੇ ਦੀ ਜੋ ਨੌਬਤ ਆਈ ਤੁਸੀਂ ਉਹ ਤੋਂ ਮੁੱਖ ਮੰਤਰੀ ਨੂੰ ਮਿਲੇ ਤੁਸੀਂ ਦੱਸਿਆ ਇਹ ਗੱਲਾਂ ਬਾਤਾਂ ਤੁਸੀਂ ਉਦੋਂ ਕੋਈ ਗੱਲ ਕੀਤੀ ਫਿਰ ਉਦੋਂ ਹੀ ਵਿਕਾਸ ਕਿਉਂ ਨਹੀਂ ਆਇਆ ਤੁਸੀਂ ਕਹਿੰਨੇ ਕਿ ਸਰਕਾਰ ਦੀ ਕਾਰਗੁਜ਼ਾਰੀ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਨਾ ਫਿਰ ਤੁਸੀਂ ਇੱਥੋਂ ਦੇ ਨੁਮਾਇੰਦੇ ਸੀ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਜਦੋਂ ਵੀ ਸੀ ਚੋਣੇ ਕਰਵਾ ਪਾਏ ਸੀ ਸੀਐਮ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੱਲ ਦਾ ਜਿਹੜਾ ਜਵਾਬ ਉਹ ਸਹੀ ਨਹੀਂ ਮਿਲਿਆ ਜਦੋਂ ਕੋਸ਼ਿਸ਼ ਕੀਤੀ ਮੈਂ ਸੀਐਮ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਕੋਈ ਮਾੜਾ ਨਹੀਂ ਕਹਾਂ ਕਿ ਅੱਜ ਮੈਂ ਆਪੋਸਿਟ ਚ ਆ ਗਏ ਆ ਜਾਂ ਉਹਨਾਂ ਦੇ ਇਲੈਕਸ਼ਨ ਦੇ ਲਈ ਲੜ ਰਹੇ ਆ ਜਲੰਧਰ ਦੇ ਲੋਕ ਵੀ ਮੇਰੇ ਬਾਕੀ ਐਮਐਲਏ ਵੀ ਜਾਣਦੇ ਆ ਕਿ ਜਲੰਧਰ ਦੇ ਹਾਲਾਤ ਕੀ ਆ ਸ਼ੀਤਲ ਅੰਗਰਾਲ ਜੇ ਐਮਐਲਏ ਬਣ ਗਿਆ ਜੱਦੂ ਕੋਈ ਛੜੀ ਦੇ ਨਾਲ ਕੰਮ ਨਹੀਂ ਮੈਂ ਕਰਾ ਸਕਦਾ ਕੰਮ ਤੇ ਮੈਂ ਕਾਰਪੋਰੇਸ਼ਨ ਵਜਾਇਆ ਕਰਵਾਣਾ ਨਾ ਕਾਰਪੋਰੇਸ਼ਨ ਅਗਰ ਹੋਏਗੀ ਤਾਂ ਕੰਮ ਮੇਰੇ ਕਰਨਗੇ ਅਗਰ ਸੀਐਮ ਨੇ ਕੋਈ ਗ੍ਰਾਂਟ ਦੇਣੀ ਹੈ ਕੋਈ ਪੰਜਾਬ ਗਵਰਨਮੈਂਟ ਨੇ ਗ੍ਰਾਂਟ ਭੇਜਣੀ ਹੈ ਉਹ ਸਿੱਧੀ ਗ੍ਰਾਂਟ ਕੋਈ ਮੇਰੇ ਖਾਤੇ 'ਚ ਨਹੀਂ ਆਣੀ ਉਹ ਗ੍ਰਾਂਟ ਜਲੰਧਰ ਕਾਰਪੋਰੇਸ਼ਨ ਜਾਣੀ ਹੈ ਜਲੰਧਰ ਕਾਰਪੋਰੇਸ਼ਨ ਦਾ ਇਹ ਹ ਨੂੰ ਬਾਰੀ ਕਮਿਸ਼ਨਰ ਚੇਂਜ ਹੋਇਆ ਕਿ ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ ਕੋਈ ਜਲੰਧਰ ਦੇ ਹਾਲਾਤ ਹੀ ਇੰਨੇ ਮਾੜੇ ਆ ਕਿ ਜੀ ਰਾਜਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਕੰਮ ਨਹੀਂ ਹੋਏ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰਕਾਰ ਤਾਂ ਪੰਜਾਬ ਦੇ ਵਿੱਚ ਉਹੀ ਹੈ ਨਾ ਤੇ ਜੇ ਤੁਸੀਂ ਮੰਨ ਲਓ ਤੁਹਾਨੂੰ ਚਲੋ ਤਾਂ ਗਾਂਧੀ ਗੱਲ ਹੈ ਟਿਕਟ ਮਿਲਦੀ ਤੁਸੀਂ ਚੋਣ ਲੜਦੇ ਆ ਜਦ ਦੇ ਨੇ ਜੇ ਤੋਂ ਗਾਂਧੀ ਗੱਲ ਹੈ ਪਰ ਮੰਨ ਲਓ ਜੇ ਤੁਸੀਂ ਹੁਣ ਭਾਜਪਾ ਵੱਲੋਂ ਤੁਸੀਂ ਭਾਜਪਾ ਚੋਂ ਜੇ ਤੁਸੀਂ ਭਾਜਪਾ ਵੱਲੋਂ ਇੱਥੋਂ ਐਮਐਲਏ ਬਣ ਜਾਂਦੇ ਹੋ ਤੇ ਫਿਰ ਕੰਮ ਕਿਵੇਂ ਹੋਏਗਾ ਗੱਲ ਤਾਂ ਉੱਥੇ ਆਪ ਹੀ ਨਾ ਪਹਿਲੇ ਗੁੰਗਾ ਬਣ ਕੇ ਐਮਐਲਏ ਬੰਨਾ ਪਿਆ ਸੀ ਕਿ ਅਗਰ ਮੈਂ ਆਪਣੀ ਲੋਕਾਂ ਦੀ ਲੜਾਈ ਨਹੀਂ ਲੜ ਸਕਦਾ ਅਗਰ ਮੇਰੀ ਲੋਕਾਂ ਨੇ ਐਮ ਐਲ ਏ ਬਣਾਇਆ ਹੁਣ ਜਾ ਕੇ ਸੰਘਰਸ਼ ਕਰਾਂਗਾ ਪਹਿਲੇ ਚੰਡੀਗੋ ਚਿੱਠੀ ਆਉਂਦੀ ਸੀ ਉਸ ਤਰੀਕੇ ਨਾਲ ਬੋਲਣਾ ਪੈਂਦਾ ਸੀ ਵਟਸਐਪ ਤੇ ਜੋ ਮੈਸੇਜ ਆਂਦਾ ਸੀ ਉਸ ਤਰੀਕੇ ਨਾਲ ਬੋਲਣਾ ਪੈਂਦਾ ਸੀ ਪੰਜਾਬ ਦੇ ਲੋਕਾਂ ਨੂੰ ਅੱਜ ਜਿੰਨੇ ਮੇਰੇ ਨਾਲ ਦੇ ਕੁਲੀਕ ਮੇਰੇ ਮੈਂਬਰ ਹੈ ਉਹਨਾਂ ਨੂੰ ਪਤਾ ਕਿ ਸਾਨੂੰ ਅਗਰ ਜੋਸ ਨੇ ਆ ਦਿੱਲੀ ਉਹ ਆਵੇ ਸਾਨੂੰ ਔਰ ਤੇ ਕੰਮ ਕਰਨਾ ਪੈਂਦਾ ਅਗਰ ਅੱਜ ਮੈਂ ਆਪਣੇ ਲੋਕਾਂ ਦੇ ਸੰਘਰਸ਼ ਲੜਾਂਗਾ 2 ਮਹੀਨੇ ਅંદર ਦੀ ਕਾਰਪੋਰੇਸ਼ਨ ਹੈ ਅਗਰ ਅੱਜ ਸਾਡਾ ਐਮ ਐਲ ਏ ਬਣਦਾ ਹੈ 2 ਮਹੀਨੇ ਬਾਅਦ ਕਾਰਪੋਰੇਸ਼ਨ ਹੈ ਮੈਂ ਜਰੂਰ ਯਕੀਨ ਦਿਨਾ ਜਲੰਧਰ ਦੇ ਲੋਕਾਂ ਨੂੰ ਕਾਰਪੋਰੇਸ਼ਨ ਭਾਰਤੀ ਜਨਤਾ ਪਾਰਟੀ ਦੀ ਬਣਨੇ ਜਾ ਰਹੀ ਹੈ ਸਾਡਾ ਮੇਅਰ ਬੈਠੇਗਾ ਅਸੀਂ ਡਿਵੈਲਪਮੈਂਟ ਕਰਾਵਾਂਗੇ ਜਲੰਧਰ ਦੀ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਿਸ਼ਵਾਸ ਮੈਂ ਦੇਣ ਦੇ ਲਈ ਆ ਰਿਹਾ ਕਿਉਂਕਿ ਮੇਰੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕੰਮ ਦੇ ਲਈ ਜੇ ਮੈਂ ਲੋਕਾਂ ਦੇ ਕੰਮ ਹੀ ਨਹੀਂ ਕਰਾ ਸਕਿਆ ਸਰਕਾਰ ਆ ਸਰਕਾਰ ਦੀ ਨਿੰਅਕੀ ਦੱਸਾਂਗਾ ਜੇ ਸਰਕਾਰ ਨੇ 26 ਮਹੀਨੇ ਤੇ ਕੰਮ ਕੀਤੇ ਹੈ ਮੈਂ ਜਰੂਰ ਲੋਕਾਂ ਨੂੰ ਕਹਾਂ ਮੈਨੂੰ ਵੋਟ ਨਾ ਸਾਡੀ ਪਾਰਟੀ ਨੂੰ ਦਿਓ ਅਗਰ ਮੇਰੀ ਪਾਰਟੀ ਦਾ ਕੋਈ ਵੀ ਨਮਾਇੰਦਾ ਆਵੇ ਜੇ 26 ਮਹੀਨਿਆਂ ਦੇ ਵਿੱਚ ਆਮ ਆਦੀ ਪਾਰਟੀ ਨੇ ਕੋਈ ਕੰਮ ਕੀਤਾ ਹੈ ਆਰਤੀਅੰਤਾ ਪਾਰਟੀ ਦਾ ਕੋਈ ਵੀ ਜਿਹੜਾ ਵੀ ਕੈਂਡੀਡੇਟ ਉਤਰਦਾ ਉਹਨੂੰ ਵੋਟਾਂ ਦਿਓ ਅਗਰੇ ਕੰਮ ਕੀਤਾ ਦੱਸਣ ਕਿੱਥੇ ਇਹਨਾਂ ਨੇ ਕੰਮ ਕੀਤਾ ਅੱਜ ਲੋਕਾਂ ਦੇ ਹਾਲਾਤ ਦੇਖੋ ਗੰਦੇ ਪਾਣੀ ਪੀ ਰਹੇ ਲੋਕ ਮੇਰਾ ਭਾਰਕੋਨਗਰ ਹੈ ਉੱਥੇ ਮੇਰੇ ਪਰਿਵਾਰ ਤੇ ਜੀ ਰਹਿੰਦੇ ਆ ਮੈਂ ਕੱਲ ਵੀ ਗਿਆ ਭਾਰਕੋਨਗਰ ਦੇ ਵਿੱਚ ਉੱਥੇ ਡੇਡ ਡੇਡ ਫੁੱਟ ਰਵਿੰਦਰ ਜੀ ਪਾਣੀ ਹੈ ਗੰਦਾ ਪਾਣੀ ਲੋਕ ਉਥੇ ਕੈਂਸਰ ਦੇ ਨਾਲ ਬਿਮਾਰੀਆਂ ਨਾਲ ਝੂੰਜ਼ ਰਹੇ ਆ ਅੱਜ ਵੱਡੇ ਵੱਡੇ ਲੋਕ ਦਾਅਵੇ ਕਰ ਰਹੇ ਆ ਸਰਕਾਰਾਂ ਦਾਅਵੇ ਕਰ ਰਹੀਆਂ ਅੱਜ ਪਤਾ ਲੱਗ ਗਿਆ ਕਿ ਇਲੈਕਸ਼ਨ ਜਲੰਧਰ ਵਿੱਚ ਬਾਈ ਇਲੈਕਸ਼ਨ ਆ ਗਿਆ ਅੱਜ ਬਾਹਰ ਮਸ਼ੀਨਾ ਭਾਰਤੀ ਕਾਰਪਸ਼ਨ ਨੂੰ ਮੰਗਾਲੀ ਐ ਅਗਰ ਪਹਿਲੇ 26 ਮਹੀਨਿਆਂ ਨੂੰ ਜਦੋਂ ਕਐਮਐਲਏ ਰੋਜ਼ ਚੀਕਾਂ ਮਰਮਰ ਹੁੰਦਾ ਸੀ ਕਿ ਯਾਰ ਕੰਮ ਕਰ ਦਿਓ ਡਿਵੈਲਪਮੈਂਟ ਕਰ ਦਿਓ ਲਾਈਟਾਂ ਦੇ ਦਿਓ ਸੀਵਰ ਖੋਲ ਦਿਓ ਅਦੂ ਕਰਦੇ ਸੁੱਤੀ ਪਈ ਸੀ ਅੱਜ ਇੱਕ ਮਹੀਨਾ ਫਿਰ ਲੋਕਾਂ ਨੂੰ ਬੇਫਕੂ ਬਣਾਉਣ ਦੇ ਲਈ ਅੱਜ ਜੰਤਰ ਮੰਤਰ ਤੰਤਰ ਸਾਰਾ ਪੰਜਾਬ ਦਾ ਜਨਰਦਰ ਵੇਚ ਇਕੱਠਾ ਕਰ ਲਿਆ ਪਰ ਇਹ ਲੋਕ ਜ਼ਰੂਰ ਜਵਾਬ ਦੇਣਗੇ ਅਗਰ 26 ਮਹੀਨੇ ਮੈਂ ਤੜਫਿਆ ਆਪਣੇ ਲੋਕਾਂ ਦੇ ਲਈ ਤੜਫਿਆ ਅਗਰ ਮੈਂ 26 ਮਹੀਨੇ ਮੈਂ ਅਗਰ ਇਹਨਾਂ ਦੀ ਗੁਲਾਮੀ ਕੀਤੀ ਮੈਂ ਆਮ ਆਦਮੀ ਦੀ ਸਿਰ ਆਪਣੇ ਲੋਕਾਂ ਦੀ ਇੱਜ਼ਤ ਕਰਕੇ ਕਿ ਸ਼ਾਇਦ ਇਹਨਾਂ ਨੂੰ ਅਕਲ ਆ ਜਾਵੇ ਸ਼ਾਇਦ ਮੇਰੀ ਸੁਣ ਲੈਣ ਕੰਮ ਕਰ ਦੇਣ ਪਰ 26 ਮਹੀਨੇ ਜਿਹੜੀ ਸਰਕਾਰ ਸੁੱਤੀ ਪਈ ਸੀ ਇਹ ਨਹੀਂ ਉੱઠી ਜਲੰਧਰ ਦੀ ਕਾਰਪੋਰੇਸ਼ਨ ਦਾ ਬੇੜਾਗਰਕ ਹੋ ਗਿਆ ਅੱਜ ਜਲੰਧਰ ਸ਼ਹਿਰ ਦੇ ਵਿੱਚ ਰਿਸ਼ਵਤ ਪੰਜ ਗੁਣਾ ਹੋ ਗਈ ਹੈ ਅੱਜ ਜਾ ਕੇ ਤਹਿਸੀਲ ਚ ਦੇਖੋ ਤਹਿਸੀਲਦਾਰ 50000 ਦੀ ਰਿਸ਼ਵਤ ਕੰਮ ਚਾਲੂ ਕਰਦਾ ਦੋ-ਦੋ ਲੱਖ ਰੁਪਏ ਲੋਕਾਂ ਨੂੰ ਰਿਸ਼ਵਤ ਦੇਣੀ ਪੈ ਰਹੀ ਹੈ ਕਿਉਂਕਿ ਐਨਓਸੀ ਨਹੀਂ ਮਿਲ ਰਹੀ ਕਿਹੜੀ ਐਨਓਸੀ ਫਰੀ ਕਿੱਥੇ ਗਈ ਇਹਨਾਂ ਨੇ ਕਿਹਾ ਸੀ ਕਿ ਐਨਓਸੀ ਫਰੀ ਕਿੱਥੇ ਦਿੱਤੀ ਹੈ ਫਰੀ ਉਹ ਐਨਓਸੀ ਅੱਜ ਲੋਕ ਜਲੰਧਰ ਦੇ ਪੁੱਛਣਾ ਚਾਹ ਕਹਿੰਦੇ ਸੀ ਦੱਸ ਦੋ ਕਿੱਥੇ ਵਰੀ ਮਿਲਦੀ ਹੈ ਸ਼ੀਤ ਲੂੰਗਰਾਲ ਪਹਿਲਾਂ ਚੋਂ ਲੜਦੇ ਆ ਜਿੱਤਦੇ ਆ ਦੁਬਾਰਾ ਤੁਸੀਂ ਕਹਿੰਦੇ ਲੋਕਾਂ ਦੇ ਵਿੱਚ ਫੇਰ ਜਾਊਂਗਾ ਪਹਿਲੀ ਗੱਲ ਤਾਂ ਹਲੇ ਟਿਕਟ ਤੇ ਆ ਹੋਰ ਵੀ ਪਾਰਟੀ ਲਈ ਕੰਮ ਕਰਾਂਗੇ ਪਾਰਟੀ ਲਈ ਤਾਂ ਤਿਆਰੀ ਹੈ ਨਾ ਪਾਰਟੀ ਲਈ ਮੈਦਾਨ ਜਾਵਾਂਗਾ ਅੱਛਾ ਕੀ ਲੱਗਦਾ ਹੈ ਕਿ ਟਿਕਟ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅਜੇ ਕੰਨਵਰ ਬਤਨ ਲੱਗਦਾ ਹੈ ਇਹ ਜਿਹੜੀ ਮੇਰੀ ਪਾਰਟੀ ਹੈ ਬਹੁਤ ਵਿਸ਼ਵ ਦਿਨ ਨੰਬਰ 1 ਪਾਰਟੀ ਹੈ ਭਾਰਤੀ ਦਾ ਪਾਰਟੀ ਉਹਨਾਂ ਨੇ ਡਿਸੀਜਨ ਲੈਣਾ ਮੈਂ ਪਾਰਟੀ ਨੂੰ ਕੋਈ ਕਮਿਟਮੈਂਟ ਕਰਕੇ ਨਹੀਂ ਆਇਆ ਪਾਰਟੀ ਨੂੰ ਸਮਰਪਿਤ ਸੇਵਾਦਾਰ ਦੇ ਰੂਪ ਚ ਆਇਆ ਸੇਵਾ ਕਰ ਰਿਹਾ ਮੈਂ ਤੁਸੀਂ ਦੇਖਿਆ ਆਫਿਸ ਮੇਰੇ ਕਿਦਰਾ ਰਸ਼ ਪਿਆ ਆਫਿਸ ਜਨਤਾ ਆ ਰਹੀ ਹੈ ਲੋਕਾਂ ਦੇ ਕੰਮ ਕਰ ਰਹੇ ਆ ਨਹੀਂ ਟਿਕਟ ਦੀ ਕਮਿਟਮੈਂਟ ਹੈ ਤਾਂ ਟਿਕਟ ਪਾਰਟੀ ਜੇ ਮੈਨੂੰ ਉਹਨਾਂ ਨੂੰ ਚੰਗਾ ਲੱਗੇਗਾ ਮੈਨੂੰ ਦੇਗੀ ਜੇ ਮੇਰ ਤੋਂ ਕੋਈ ਵਧੀਆ ਹੋਏਗਾ ਉਹਨੂੰ ਦੇ ਦੇਗੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਰ ਸੇਵਾ ਕਰਨੀ ਹੈ ਵੇਦ ਦਦ ਸਵੇਰੇ ਉੱਠ ਜੀਦਾ ਸ਼ਾਮ ਤੱਕ ਜਨਤਾ ਦੀ ਸੇਵਾ ਕਰਦਾ ਜਨਤਾ ਲਈ ਲੜਾਈ ਕਰਦਾ ਪਰ ਆਪਣੇ ਲੋਕਾਂ ਨੂੰ ਇਹਨਾਂ ਦੀ ਗੁਲਾਮੀ ਨਹੀਂ ਕਰਨ ਦਿਆਂਗਾ ਅੱਛਾ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਫਿਰ ਪਾਰਟੀ ਲਈ ਕੰਮ ਕਰ ਰਹੇ ਆ ਸਮਰਪਿਤ ਆ ਮੇਰਾ ਪਰਿਵਾਰ ਮੇਰੇ ਦੋਸਤ 24 ਆਵਰ ਮੈਂ ਪਾਰਟੀ ਨੂੰ ਸਮਰਪਿਤ ਆ ਆਪਣੇ ਲੋਕਾਂ ਨੂੰ ਸਮਰਪਿਤ ਆ ਅੱਛਾ ਜੇ ਟਿਕਟ ਮਿਲ ਜਾਂਦੀ ਇਹ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਨੇ ਕਿਹਾ ਯਾਰ ਛੀਤ ਲੰਗਰਾਲ ਵੇਈ ਤਾਂ ਤੇਰੇ ਅਸਤੀ ਰਹਿ ਗਏ ਪਹਿਲਾਂ ਖੜਾ ਹੋ ਗਿਆ ਪਹਿਲਾਂ ਵੋਟਾਂ ਪਵਾ ਲਈਆਂ ਹੁਣ ਫੇਰ ਹੁਣ ਪਾਰਟੀ ਬਦਲ ਕੇ ਆ ਗਿਆ ਭਾਜੀ ਲੋਕਾਂ ਨੂੰ ਪਤਾ ਮੈਂ ਦਲ ਬਦਲ ਤੋਂ ਜਲੰਧਰ ਦੇ ਲੋਕ ਬੜੇ ਔਖੇ ਨਜ਼ਰ ਆਏ ਸੀ ਕਿ ਉਹ ਪਾਰਲੀਮੈਂਟ ਚ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਹੈ ਕਿ ਮੈਂ ਕਿਸ ਤਕਲੀਫ ਕਰਕੇ ਗਿਆ ਜੇ ਮੈਂ ਆਪਣੀ ਮਾਂ ਦਾ ਕੰਮ ਹੀ ਨਹੀਂ ਕਰਾ ਸਕਦਾ ਮੈਂ ਆਪਣੇ ਬਜ਼ੁਰਗ ਦਾ ਕੰਮ ਨਹੀਂ ਕਰਾ ਸਕਦਾ ਮੈਂ ਆਪਣੇ ਕਿਸੇ ਬੱਚੇ ਦਾ ਕੰਮ ਨਹੀਂ ਕਰਾ ਸਕਦਾ ਬੱਚੇ ਦਾ ਸਰਟੀਫਿਕੇਟ ਹੀ ਨਹੀਂ ਬਣਾ ਸਕਦਾ ਬਰਤ ਕਿਸੇ ਦੇ ਘਰ ਜਿੱਥੇ ਬਜ਼ੁਰਗ ਦੀ ਡੈਥ ਹੋ ਗਈ ਔਰ ਮੈਂ ਸਰਟੀਫਿਕੇਟ ਨਹੀਂ ਬਣਵਾ ਸਕਦਾ ਅਗਰ ਮੈਂ ਕਿਸੇ ਦੇ ਲਈ ਅਗਰ ਇੱਕ ਐਮਐਲਏ ਨੂੰ ਦਿੱਲੀ ਤੱਕ ਮੈਸੀ ਭੇਜਨੇ ਪੈਣ ਕਿ ਮੇਰਾ ਸੀਵਰ ਖਲਵਾ ਦਿਓ ਮੇਰੇ ਸੀਵਰ ਦੀਆਂ ਜਿਹੜਾ ਪਾਣੀ ਖੜਾ ਹੈ ਮਸ਼ੀਨਾ ਭੇਜ ਦਿਓ ਇਸ ਤੋਂ ਨਲਕੀ ਕਮਲ ਦੇ ਕੋਈ ਨਹੀਂ ਹੈ ਮੇਰੇ ਕੋਲ ਐਵੀਡੈਂਸ ਸਾਰੇ ਕੋਲ ਹੈ ਕਿ ਮੈਨੂੰ ਜਿਹੜੀ ਕੰਪਲੇਂਟ ਆ ਆਪਣੇ ਜਿਹੜੇ ਰਿਜ਼ਰਵਰ ਬਣਾ ਕੇ ਭੇਜੇ ਸੀ ਆਮ ਆਦਮੀ ਨੇ ਉਹਨਾਂ ਨੂੰ ਡੇਲੀ ਕੰਪਲੇਂਟ ਕਰਦਾ ਸੀ ਇੱਕ ਇੱਕ ਚੀਜ਼ ਐਵੀਡੈਂਸ ਜਨਤਾ ਵਿੱਚ ਲੈ ਕੇ ਜਾਊਂਗਾ ਇੱਕ ਚੀਜ਼ ਦੱਸਿਓ ਜਦੋਂ ਤੁਸੀਂ 22 ਚ ਚੋਣ ਲੜੀ ਤਾਂ ਤੁਹਾਨੂੰ 39213 ਵੋਟ ਜਿਹੜੇ ਉਹ ਮਿਲੇ ਔਰ ਸੁਸ਼ੀਲ ਰਿੰਕੂ ਉਹ ਤੋਂ ਕਾਂਗਰਸ ਦੇ ਉਮੀਦਵਾਰ ਸੀ ਤੇ ਉਹਨਾਂ ਨੂੰ 33960 ਤੇ ਬੀਜੇਪੀ ਨੂੰ 33486 ਯਾਨੀ ਨੇੜੇ-ਤੇੜੇ ਦਾ ਕੰਮ ਸੀਗਾ ਇਹ 39213 ਵੋਟ 2022 ਚ ਥੋੜੀ ਸੀ ਕਿਆਮਦਵੀ ਪਾਰਟੀ ਦੀ ਸੀ ਇਹ ਤੁਸੀਂ ਤੇ ਆ ਕਰ ਲੋ ਇੱਕ ਤਰੀਕ ਨੂੰ ਜਿਹੜੀ VOTING ਹੈ 10 ਤਰੀਕ ਹੋਈ ਹੈ 14000 ਕੁਛ ਤੇ ਰਹਿ ਗਈ ਹੈ ਤੇ ਕਿਹਦੀ ਵੋਟ ਸੀ ਉਹ ਇਹ ਤੁਹਾਨੂੰ ਲੱਗਦਾ ਤੁਹਾਡੀ ਵੋਟ ਹੁੰਦਾ ਮੈਨੂੰ ਮੈਨੂੰ ਲੱਗਦਾ ਕਿ ਮੇਰੇ ਲੋਕ ਮੈਨੂੰ ਪਿਆਰ ਕਰਦੇ ਆ ਇਹਨਾਂ ਦੇ ਵਿੱਚੋਂ ਤੁਹਾਡੀ ਕਿਹੜੀ ਗਣੀ ਹੈ ਜਿਹੜੀ ਬੀਜੇਪੀ ਨੂੰ ਐਤਕੀ 42800 ਦੇ ਕਰੀਬ ਹੈ ਜਿਹੜੀ ਉਹ ਵੋਟ ਜਾਂਦੀ ਆ ਕਾਂਗਰਸ ਨੂੰ 44394 ਜਾਂਦੀ ਆ ਤੇ ਆਮ ਆਦੀ ਪਾਰਟੀ ਦੀ 15629 ਹੁਣ ਤੁਹਾਡੀ ਇਹ ਹੈ ਕਿ 39000 ਮੇਰੇ ਇਸ ਤੋਂ ਵੀ ਵਧੀਆ ਜਿਹੜਾ ਰਿਜ਼ਲਟ ਆ ਉਹ ਦੱਸ ਤੇ ਨਿਆ 15 ਵੀ ਤਾਂ ਹੋ ਸਕਦਾ ਤੁਹਾਡੇ ਵਾਲੀ ਦੋ ਮੈਂ ਕਹਿੰਦਾ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਵੱਡਾ ਬਦਲਾਅ ਮਿਲੇਗਾ ਪਾਰਟੀ ਦੇ ਲਈ ਲੋਕ ਕਿ ਕਿਹਨਾਂ ਲੋਕਾਂ ਨੇ ਜਿਹੜਾ ਪ੍ਰਚਾਰ ਉਹ ਝੂਠ ਦਾ ਕੀਤਾ ਸੀ ਸੰਵਿਧਾਨ ਬਦਲ ਦੇਣਾ ਸੰਵਿਧਾਨ ਤੋੜਨ ਦੇ ਲਈ ਆ ਰਹੀ ਹੈ ਪਰ ਅੱਜ ਉਹਨਾਂ ਲੋਕਾਂ ਨੂੰ ਵੀ ਜਵਾਬ ਮਿਲ ਚੁੱਕਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਗਰ ਸਭ ਤੋਂ ਪਹਿਲੇ ਹਾਊਸ 'ਚ ਜਾਂਦੇ ਨਮਨ ਕੀਤਾ ਤੇ ਸੰਵਿਧਾਨ ਨੂੰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਸੰਵਿਧਾਨ ਦੀ ਰੱਖਿਆ ਕਰੂੰਗਾ ਇਸ ਸੰਵਿਧਾਨ ਦੇ ਲਈ ਹੀ ਮੈਂ ਦੇਸ਼ 'ਚ ਬਣਿਆ ਅਗਰ ਤੀਜੀ ਵਾਰ ਲੋਕਾਂ ਨੇ ਪ੍ਰਾਈਮ ਮਿੰਿਸਟਰ ਬਣਾਇਆ ਪਰ ਇੱਥੇ ਲੋਕਾਂ ਨੇ ਬਹੁਤ ਅਫਾਅ ਬਲਾਈਆਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਦੇਸ਼ ਦਾ ਸੰਵਿਧਾਨ ਤੋੜਨ ਦੇ ਲਈ ਆਈ ਹੈ ਲੋਕਾਂ ਨੇ ਦੇਖ ਲਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸੰਵਿਧਾਨ ਨੂੰ ਕਿੰਨਾ ਪਿਆਰ ਕਰਦੇ ਆ ਤੇ ਲੀਡਰਾਂ ਦਾ ਇਹਨਾਂ ਹਿਰਦੇ ਪਰਵਰਤਨ ਕਿਵੇਂ ਉਹ ਡਾਗਰਾਲ ਸਾਹਿਬ ਤੁਸੀਂ ਉਹੀ ਐਮਐਲਏ ਹੋ ਜਿਨ੍ਹਾਂ ਦੇ ਚਲਦਿਆਂ ਇੱਕ ਦੇ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਆਪਰੇਸ਼ਨ ਲੋਟਸ ਦਾ ਰੋਲਾ ਪਿਆ ਤੁਸੀਂ ਉਹੀ ਚੇਰਾ ਹੋ ਤੇ ਇਹ ਕੀ ਆ ਐਡਾ ਹਿਰਦੇ ਪਰਵਰਤਨ ਉਹ ਤਾਂ ਤੁਸੀਂ ਕਹਿੰਦੇ ਕਿ ਸਾਰੇ ਤੋਂ ਜਿਹੜਾ ਹੈਗਾ ਖਤਰਨਾਕ ਪਾਰਟੀ ਭਾਜਪੀ ਆ ਮੈਂ ਡਰਦਾ ਨਹੀਂ ਮੈਨੂੰ ਸ਼ਾਹ ਦੇ ਨਾਮ ਤੇ ਡਰਾਇਆ ਜਾ ਰਿਹਾ ਇਹ ਨਾ ਹਿਰਦੇ ਪਰਵਰਤਨ ਅਜ ਤੋਂ ਲੱਗਦਾ ਕਿ ਸੰਭਲਜੀ ਪਾਰਟੀ ਨੇ ਪਿੰਦਰ ਜੀ ਮੈਂ ਬਿਲਕੁਲ ਸਹੀ ਕਹਿ ਰਹੇ ਹਾਂ ਮੈਨੂੰ ਉਸ ਟਾਈਮ ਨਹੀਂ ਪਤਾ ਸੀ ਜਿੱਥੇ ਪਲਾਨ ਜੇ ਕੋਠੀ 'ਚ ਬਨੇ ਤੁਹਾਨੂੰ ਪਤਾ ਲੱਗ ਗਿਆ ਕਿਸ ਕੋਠੀ 'ਚ ਪਲਾਨ ਬਨੇ ਸਾਨੂੰ ਜਿਹੜੇ ਕਾਲਿੰਗ ਕਰਵਾਈ ਗਈ ਉਹ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਹੀ ਇਹ ਤੇ ਲੋਕ ਸੀ ਜਿਸ ਟਾਈਮ ਸਾਨੂੰ ਕਾਲਿੰਗ ਕਰਾ ਕੇ ਬੇਫਿਕੂ ਬਣਾਇਆ ਗਿਆ ਅਸੀਂ ਸਮਝੇ ਸੀ ਕਿ ਸ਼ਾਇਦ ਇਹ ਜਿਹੜੀ ਕਾਲਿੰਗ ਹੈ ਭਾਰਤੀ ਜਨਤਾ ਪਾਰਟੀ ਦੇ ਆਫਿਸ ਤੋਂ ਆ ਰਹੀ ਹੈ ਪਰ ਉਹ ਹੌਲੀ ਹੌਲੀ ਪਤਾ ਲੱਗ ਚੁੱਕਾ ਕਿ ਉਹ ਜਿਹੜੇ ਉਹ ਲੋਕ ਸੀ ਉਹ ਆਮ ਆਦੀ ਪਾਰਟੀ ਦੀ ਇੱਕ ਸਟਿਕ ਤਿਆਰ ਕੀਤੀ ਹੋਈ ਸੀ ਜਦੋਂ ਆਮ ਆਦੀ ਪਾਰਟੀ ਦਾ ਗਰਾਫ ਨੀਚੇ ਡਿੱਗਦਾ ਆਮ ਆਦੀ ਪਾਰਟੀ ਮਿਸ਼ਨ ਲੋਟਸ ਲੈਂਦੀ ਹੈ ਆਮ ਆਦੀ ਪਾਰਟੀ ਕਦੀ ਕਿਸੇ ਐਮਐਲਏ ਨੂੰ ਤੰਗ ਦਿੰਦੀ ਹੈ ਆਮ ਆਦਮੀ ਪਾਰਟੀ ਕਦੀ ਮੰਤਰੀ ਨੂੰ ਟੋਕ ਦਿੰਦੀ ਹੈ ਅਗਰ ਅੱਜ ਉਹੀ ਮੰਤਰੀ ਕਰਪਟ ਹੈ ਮੈਂ ਨਹੀਂ ਕਹਿੰਦਾ ਵਿਜੇ ਸਿੰਘਲਾ ਜੀ ਮੇਰੇ ਸਤਿਕਾਰਯੋਗ ਹੈ ਮੈਂ ਉਹਨਾਂ ਨੂੰ ਨਮਨ ਕਰਦਾ ਮੇਰੇ ਬਜ਼ੁਰਗ ਵੱਡੇ ਸਮਝਦਾਰ ਆਪਣੇ ਇਹ ਕਹਿੰਦੇ ਸੀ ਵਿਜੇ ਸਿੰਘਲਾ ਜੀ ਮinistr ਉਹਨਾਂ ਨੇ ਕਰਪਸ਼ਨ ਕੀਤੀ ਹੈ ਅੱਜ ਅਗਰ ਰਾਜਸਤ ਪੰਜਾਬ ਦੇ ਸੀਐਮ ਮੀਟਿੰਗ ਕਰਦੇ ਸਭ ਤੋਂ ਅਗਲੀ কুਸਤੀ ਤੇ ਵਿਜੇ ਸਿੰਘਲਾ ਬੈਠਾ ਹੈ ਅਗਰ ਅ ਇਲੈਕਸ਼ਨ ਦੇ ਵਿੱਚ ਰੋਡ ਸ਼ੋ ਕਰਦੇ ਜਾਂਦੇ ਆ ਸੀਐਮ ਸਾਹਿਬ ਨਾਲ ਵਿਜੇ ਸਿੰਘਲਾ ਬੈਠਾ ਹੈ ਅਗਰ ਅ ਜ ਮੈਂ ਅਮੀਰ ਰਤਨ ਜੀ ਦੀ ਗੱਲ ਕਰਾਂ ਮੇਰਾ ਬਹੁਤ ਸਤਿਕਾਰਯੋਗ ਹੈ ਮੇਰਾ ਵੀਰ ਹੈ ਮੈਂ ਉਹਨਾਂ ਨੂੰ ਉਹਨਾਂ ਬਾਰੇ ਗਲਤ ਨਹੀਂ ਕਹਿੰਦਾ ਇਹਨਾਂ ਨੇ ਉਹਨਾਂ ਦੇ ਕਰਪਸ਼ਨਾਂ ਦੇ ਨਾਮ ਲਾਏ ਜੇਲ੍ਹ ਭੇਜਿਆ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚ ਸਭ ਤੋਂ ਅੱਗੇ ਬੈਠੇ ਆ। ਅਗਰ ਉਹਨਾਂ ਨੇ ਮੰਤਰੀ ਉਤਾਰੇ ਸਲਾਰੀਸ ਆਪਣੇ ਮਿਨਿਸਟਰ ਨੂੰ ਉਤਾਰਿਆ। ਇਹਨਾਂ ਨੇ ਕਿ ਉਹਨਾਂ ਦੀ ਆਡੀਅਰ ਆਈ ਹੈ। ਅੱਜ ਉਹੀ ਮੰਤਰੀ ਇਹਨਾਂ ਦੀ ਫਰਸਟ ਲਾਈਨ 'ਚ ਬੈਠਾ। ਆਮ ਆਦਮੀ ਪਾਰਟੀ ਸਪਸ਼ਟ ਕਰੇ ਕਿ ਜਿਹੜੇ ਲੋਕਾਂ ਦੇ ਨੂੰ ਤੁਸੀਂ ਕਹੇ ਕ腐ਸ਼ਨ ਹੈ ਉਹ ਪਾਰਟੀ ਦੇ ਨਾਲ ਹੈ ਕਿ ਪਾਰਟੀ ਦੇ ਬਾਹਰ ਹੈ। ਤੁਸੀਂ ਉਹਨਾਂ ਲੋਕਾਂ ਦੀ ਖੁਦ ਹੀ ਸਪੋਰਟ ਕਰ ਰਹੇ ਹੋ ਆਮ ਆਦਮੀ ਪਾਰਟੀ ਤੇ ਕਹਿੰਦੀ ਹੈ ਕਿ ਜਿਹੜੇ ਪ੍ਰੇਸ਼ਾ ਲੁਟਸ ਦਾ ਤੁਸੀਂ ਉਸ ਤੋਂ ਪਹਿਲਾਂ ਰੋਲਾ ਪਾਇਆ ਹੁਣ ਭਾਜਪੀ ਚ ਗਏ ਉਹ ਕਹਿੰਦੇ ਨੇ ਕਿ ਦੇਖੋ ਜੀ ਪ੍ਰੇਸ਼ਾ ਲੁਟਸ ਕਾਮਯਾਬ ਹੋ ਗਿਆ ਉਹਾਂ ਦੇ ਜਿਹੜਾ ਦਾਵਾ ਕਰਦੇ ਸੀ ਉਹ ਤਾਂ ਕਾਮਯਾਬ ਹੋ ਗਿਆ ਉਹਾਂ ਦੇ ਵੇਖੋ ਸੱਚੀ ਚਲੇਗੇ ਮੈਂ ਕਹਿੰਦਾ ਹੁਣ ਆਮ ਆਦਮੀ ਪਾਰਟੀ ਨੂੰ ਜਵਾਬ ਦੇਈ ਨਹੀਂ ਜਵਾਬ ਦੇਈ ਮੈਂ ਆਪਣੇ ਜਲੰਧਰ ਦੇ ਲੋਕਾਂ ਨੂੰ ਪਰ ਮੈਂ ਇੱਕ ਜੀ ਗੁਰੂ ਪੁੱਛਾਂਗਾ ਸੀਐਮ ਸਾਹਿਬ ਕੋਲ ਕਿ ਜਿਹੜੇ ਲੋਕਾਂ ਦੇ ਖਿਲਾਫ ਤੁਸੀਂ ਕਾਰਵਾਈ ਕੀਤੀ ਹੈ ਜਿਹੜੇ ਐਮਐਲਏ ਦੇ ਖਿਲਾਫ ਜਿਹੜੇ ਮਨਿਸਟਰ ਦੇ ਖਿਲਾਫ ਪੰਜਾਬ ਦੇ ਲੋਕ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਲੋਕ ਕ腐ਸ਼ਨ ਦੇ ਨਾਲ ਲਪੇਟੇ ਹੋਏ ਆ ਉਹ ਕ੍ਰਪਟ ਲੋਕ ਆ ਕਿ ਉਹ ਲੋਕ ਚੰਗੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਹਰ ਮੀਟਿੰਗ 'ਚ ਬੈਠੇ ਆ ਹਰ ਇੱਕ ਸੀਐਮ ਸਾਹਿਬ ਦੇ ਘਰ ਦੇ ਵਿੱਚ ਜਿਹੜੀ ਮੀਟਿੰਗ ਕਰਦੇ ਆ ਉਹਨਾਂ ਦੀ ਜਿਹੜੀ ਉਹਨਾਂ ਦੇ ਕੋਲ ਗਰੁੱਪ ਦੀ ਮੀਟਿੰਗ ਆ ਜਿਹੜੀ ਵੀ ਕੋਈ ਕਾਲਿੰਗ ਮੀਟਿੰਗ ਕਰਕੇ ਉਹਨਾਂ ਨੂੰ ਕਾਲ ਬੁਲਾਇਆ ਜਾਂਦਾ ਹੈ ਅਰਜਨ ਮੀਟਿੰਗ ਜਾਂ ਟੋਟਲ ਪੰਜਾਬ ਦੀ ਬੁਲਾਇਆ ਜਾਂਦਾ ਉਹਦੇ 'ਚ ਜਿਹੜੀ ਉਹ ਲੋਕ ਕੁਰਸੀਆਂ ਤੇ ਬੈਠੇ ਆ ਉਹ ਕਰਪਸ਼ਨ ਨਾਲ ਤੂੰ ਮੁਕਤ ਹੋ ਗਏ ਆ ਕਿ ਅਜੇ ਵੀ ਕਰਪਸ਼ਨ ਦੇ ਵਿੱਚ ਆ ਪੰਜਾਬ ਦੇ ਲੋਕਾਂ ਨੂੰ ਸੀਐਮ ਸਾਹਿਬ ਜਵਾਬ ਦੇਣ ਉਹਨੂੰ ਤੋਂ ਬਾਅਦ ਮੇਰੇ ਤੇ ਉਂਗਲੀ ਉਠਾਈ ਜਾਵੇ ਕਿ ਮੈਂ ਮਿਸ਼ਨ ਲੁੱਟਦਾ ਹੀ ਸਕੇ ਕਿੱਦਾਂ ਬਣਿਆ ਇਹ ਖੁਦ ਜਾਣਦੇ ਆ ਸੀਐਮ ਸਾਹਿਬ ਜਿਸ ਕੋਠੀ 'ਚ ਬੁਲਾ ਕੇ ਸਵੇਰੇ 9 ਵਜੇ ਸਾਨੂੰ ਤਿਆਰ ਕੀਤਾ ਜਾਂਦਾ ਸਾਡੇ ਕੋਲ ਬੁਲਾਇਆ ਜਾਂਦਾ ਹੈ ਅਗਰ ਜਿਹੜੇ ਮਿਸ਼ਨ ਨੋਟਿਸ ਨਾਲ ਜਿਹੜੇ 10 ਐਮਐਲਏ ਮੇਰੇ ਨਾਲ ਗਏ ਸੀ ਅਗਰ 10 ਐਮਐਲਏ ਸਵੇਰੇ ਵੀ ਗੁਰਦੁਆਰੇ ਜਾ ਕੇ ਕਸਮ ਖਾ ਲੈਣ ਉਹਨਾਂ ਨੂੰ ਫੋਨ ਆਇਆ ਮੈਂ ਸਾਰੀ ਉਮਰ ਆਣੀ ਤੇ ਉਸਨੇ ਅਸਲ ਨੂੰ ਤਿਆਰ ਜਿਹੜੇ 10 ਐਮ.ਐਲ.ਏ. ਜਿਹੜੇ ਮੇਰੇ ਨਾਲ ਡੀ.ਜੀ.ਪੀ. ਆਫਿਸ ਗਏ ਸੀ ਜਿਹੜੇ ਕਹਿੰਦੇ ਸੀ ਮਿਸ਼ਨ ਲੋਟਸ ਮੈਨੂੰ ਕਾਲ ਆਈ ਹੈ ਮੈਂ ਮੰਨਣ ਨੂੰ ਤਿਆਰ ਆ ਮੇਰੇ ਕੋਲ ਨੰਬਰ ਹੈ ਮੇਰੇ ਕੋਲ ਕਾਲ ਦੀ ਰਿਕਾਰਡਿੰਗ ਆ ਅੱਜ ਵੀ ਮੇਰੇ ਕੋਲ ਹੈ ਤੁਹਾਡਾ ਦਾਵਾ ਹੈ ਕਿ ਉਹਨਾਂ ਨੂੰ ਫੋਨ ਆਇਆ ਉਹਨਾਂ ਨੂੰ ਕਿਸੇ ਨੂੰ ਫੋਨ ਨਹੀਂ ਆਇਆ ਸਿਰਫ ਸਿਰਫ ਪਲੈਨਿੰਗ ਦੇ ਤੌਰ ਤੇ ਲੈ ਕੇ ਜਾਇਆ ਗਿਆ ਅਗਰ ਸਰਕਾਰ ਸੱਚੀ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਦੁੱਧ ਦੇ ਤੋਤੇ ਆ ਉਹਨਾਂ ਐਮ.ਐਲ.ਏ. ਦਾ ਨਾਮ ਮੈਂ ਦੱਸਦਾ ਸਵੇਰੇ ਚੰਡੀਗੜ੍ਹ ਦੇ ਗੁਰਦੁਆਰੇ 'ਚ ਆ ਜਾਣਾ ਮੈਂ ਵੀ ਖੜਾ ਹੋ ਜਾਣਾ ਅਰਦਾਸ ਕਰਾ ਦਿਓ ਸੱਚ ਦੇ ਲਈ ਮੈਂ ਇਲ ਰਾਣੀਤਿਤ ਕਦੀ ਵੀ ਨਹੀਂ ਆਵਾਂਗਾ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਦੇ ਲੋਕਾਂ ਦਾ ਭਰੋਸਾ ਇਕੱਈ ਫਿਰ ਤੁਸੀਂ ਜਿੱਤ पाओगे ਕਿਉਂਕਿ ਲੋਕ ਨਾ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਦਲ ਬਦਲ ਲੋਕਾਂ ਨੇ ਕਿ ਅਸੀਂ ਉੱਥੇ ਹੀ ਖੜੇ ਆ ਲੀਡਰ ਕਰਦੇ ਕੀ ਹੈ ਉਹ ਕਹਿੰਦੇ ਟੜਕੇ ਇੱਧਰ ਆਥਰੇ ਉੱਧਰ ਕਦੇ ਸੱਜੇ ਕਦੇ ਖੱਬੇ ਕੋਈ ਸਮਝ ਹੀ ਨਹੀਂ ਹੁੰਦੀ ਉਹ ਆਂਦੇ ਵੋਟ ਪਾ ਕੇ ਭੇਜਦੇ ਕਿਤੇ ਹੋਰ ਆ ਨਿਕਲਦਾ ਕਿਤੇ ਹੋਰ ਆ ਤਾਂ ਐਸੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਕਨਵਿੰਸ ਕਰ पाओगे ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਭਰੋਸਾ ਜਿੱਤਿਆ ਜਾਊਗਾ ਕਿਉਂਕਿ ਮੈਂ ਸਵਾਲ ਤਾਂ ਕਰ ਰਹੇ ਨਾ ਲੋਕ ਮੈਂ ਭਾਰਤੀ ਜੱਟ ਦਾ ਪੱਟਦਾ ਹਿੱਸਾ ਸੀ ਰੁਪਿੰ ਮੈਂ ਭਾਜਪੀ 19 ਸਾਲ ਤੋਂ ਕੰਮ ਕਰ ਰਿਹਾ ਸੀ ਇਹਨਾਂ ਲੋਕਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਮੈਨੂੰ ਲੈ ਕੇ ਗਏ ਕਿ ਅਸੀਂ ਹਰ ਮਾਂ ਨੂੰ 1000 ਰੁਪਏ ਦਵਾਂਗੇ ਹਰ ਘਰ 'ਚ ਨੌਕਰੀ ਦਵਾਂਗੇ ਇੱਥੇ ਵੱਡੇ ਵੱਡੇ ਸਕੂਲ ਕਾਲਜ ਦਵਾਂਗੇ ਜਿੱਥੇ ਬੱਚੇ ਫ੍ਰੀ ਪੜ੍ਹ ਸਕਣਗੇ ਇੱਥੇ ਮਤਲਬ ਪੀਜੀਏ ਦੀ ਦਰਜੇ ਦੇ ਉੱਤੇ ਜਿਹੜੇ ਹਸਪਤਾਲ ਖੁੱਲੇ ਜਾਣਗੇ ਇੱਥੇ ਸਪੋਰਟਸ ਯੂਨੀਵਰਸਿਟੀ ਲਿਆਂਦੀ ਜਾਏਗੀ ਇੱਥੇ ਵੱਡੇ ਵੱਡੇ ਇਹਨੇ ਵਾਅਦੇ ਕੀਤੇ ਅਸੀਂ ਲੋਕ ਵੀ ਗੁੰਮਰਾਹ ਹੋ ਗਏ ਅਸੀਂ ਵੀ ਭਾਤੀਨਤਾ ਪਾਰਟੀ 19 ਸਾਲ ਜਿਹੜੀ ਮੈਂ ਸੇਵਾ ਕੀਤੀ ਛੱਡ ਕੇ ਆਮ ਆਦਮੀ ਚਲਾ ਗਿਆ ਪਰ ਮੈਂ ਗਿਆ ਆਪਣੇ ਲੋਕਾਂ ਦੇ ਲਈ ਕੋ ਮੈਨੂੰ ਕਿਸੇ ਵੀ ਪੈਸੇ ਦਾ ਕੋਈ ਲਾਲਚ ਨਹੀਂ ਹੈ ਮੇਰਾ ਕਾਰੋਬਾਰ ਮੇਰੇ ਪਰਿਵਾਰ ਦੀ ਸਥਿਤੀ ਬਹੁਤ ਵਧੀਆ ਪਰ ਅਸੀਂ ਆਪਣੇ ਲੋਕਾਂ ਦੇ ਲਈ ਗਏ ਮੇਰੇ ਲੋਕ ਮੇਰੇ ਪਰਿਵਾਰ ਦੇ ਜਿਹੜੇ ਜੀ ਹੈ ਉਹ ਬੜੇ ਮਿਹਨਤ ਵਾਲੇ ਲੋਕ ਆ ਉਹ ਸਵੇਰੇ ਘਰ ਜੇ ਅਗਰ ਕੋਈ ਜੀ ਕੰਮ ਤੇ ਜਾਵੇ ਤੇ ਸ਼ਾਮ ਨੂੰ ਉਸ ਘਰ ਦਾ ਚੁੱਲਾ ਚੱਲਦਾ ਹੈ ਇਦਾਂ ਦੇ ਹਾਲਾਤ ਆ ਮੇਰੇ ਇਲਾਕੇ ਦੇ ਅੱਛਾ ਕੀ ਲੱਗਦਾ ਹੈ ਮੁਕਾਬਲਾ ਹੈ ਸਵਾਰ ਫਿਰ ਜੇ ਮદાન ਦੇ ਵਿੱਚ ਤੁਸੀਂ ਨਿਤਰਦੇ ਹੋ ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਰਹਿਣ ਵਾਲਾ ਸੱਚ ਉਹ ਝੂਠ ਦਾ ਕਿਉਂਕਿ ਚੰਨਜੀਤ ਸਿੰਘ ਚੰਨੀ ਹੋਣੀ ਵੱਡੀ ਲੀਡ ਨਾਲ ਇਥੋਂ ਕਾਂਗਰਸ ਮੈਂ ਤੇ ਆਪਣੇ ਲੋਕਾਂ ਨੂੰ ਇਹੀ ਕੰਮ ਕਰ ਸ ਅਗਰ ਤੁਸੀਂ ਲੋਕਾਂ ਨੇ 26 ਮਹੀਨਿਆਂ ਦਾ ਕੰਮ ਦੇਖਿਆ ਤੇ ਵੋਟ ਆਮ ਆਦਮੀ ਨੂੰ ਦਿਓ ਇਹ ਮੈਂ ਤੁਹਾਨੂੰ ਕਹਿ ਰਿਹਾ ਅਗਰ 26 ਮਹੀਨਿਆਂ ਦਾ ਅਗਰ ਮੇਰੀ ਕਿਸੇ ਮਾਂ ਨੂੰ ਮੇਰੀ ਭੈਣ ਨੂੰ ਮੇਰੇ ਮੇਰੇ ਕਿਸੇ ਵੀ ਦੋਸਤ ਨੂੰ ਨੌਕਰੀ ਨਹੀਂ ਮਿਲੀ ਕੋਈ ਵੀ ਡਿਵੈਲਪਮੈਂਟ ਨਾਮ ਦਾ ਅਗਰ ਕੋਈ ਤੀਲਾ ਨਹੀਂ ਲਾਇਆ ਗਿਆ ਅੱਜ 26 ਮਹੀਨਿਆਂ ਦੀ ਘਰਪਿਸ਼ਰ ਬੰਦ ਪਈ ਹੈ 26 ਮਹੀਨਿਆਂ ਜਲੰਧਰ ਦਾ ਮੇਰ ਨਹੀਂ ਬਣ ਪਾਇਆ ਅਗਰ ਇਹ ਚੀ ਲੋਕ ਦੇਖਣਗੇ ਇਹਨਾਂ ਨੂੰ ਲੱਗਦਾ ਕਿ ਆਮ ਆਦਮੀ ਨੇ ਕੰਮ ਕੀਤਾ ਤੇ ਵੋਟ ਆਮ ਆਦਮੀ ਨੂੰ ਦੇ ਦਿਓ ਅਗਰ ਨਹੀਂ ਕੀਤਾ ਤੇ ਵੋਟ ਉਹਨੂੰ ਦੇਈਓ ਜਿਹਨੇ ਦੇਸ਼ ਦੀ ਰੱਖਿਆ ਕੀਤੀ ਹੈ ਜਿਹਨੇ ਦੇਸ਼ ਦੀ ਲੜਾਈ ਲੜੀ ਹੈ ਜਿਹੜਾ ਦੇਸ਼ ਦੇ ਲਈ ਅੱਜ ਕੰਮ ਕਰ ਰਿਹਾ ਅੱਜ ਵਿਸ਼ਪ ਦੇ ਵਿੱਚ ਅਗਰ ਇੱਕੋ ਹੀ ਪਾਰਟੀ ਦਾ ਨਾਮ ਉਹ ਭਰਤੀਯੰਤਾ ਪਾਰਟੀ ਹੈ ਨਰਿੰਦਰ ਮੋਦੀ ਦਾ ਨਾਮ ਹੈ ਇਹ ਜਿਹੜੀ ਵੋਟ ਹੈ ਨਰਿੰਦਰ ਮੋਦੀ ਦੇ ਨਾਮ ਦੇ ਉੱਤੇ ਹੈ ਇਹ ਲੋਕ ਤੈਅ ਕਰਨਗੇ ਕਿ ਦਸ ਨੂੰ ਕਿਹਨੂੰ ਵੋਟ ਦੇਣੀ ਹੈ ਅਗਰ ਝੂਠ ਬੋਲਣਾਂ ਨੂੰ ਵੋਟ ਦੇਣੀ ਹੈ ਤੇ ਲੋਕ ਉਹਨਾਂ ਨੂੰ ਦੇ ਦੇਣਗੇ ਅਗਰ ਲੋਕ ਚਾਹੁੰਦੇ ਆ ਕਿ ਮੈਂ ਉਹਨਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ 'ਚ ਬੋਲਾਂ ਕਿਉਂਕਿ ਮੈਂ ਗੁੰਗਾ ਬਣ ਕੇ ਨਹੀਂ ਬਹਿ ਸਕਦਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਪਰਿਵਾਰ ਨੂੰ ਮੌਕਾ ਦਿੰਦੇ ਜਾਂ ਮੈਨੂੰ ਮੈਂ ਜ਼ਰੂਰ ਇਹਨਾਂ ਦੀ ਆਵਾਜ਼ ਬਣ ਕੇ ਬੋਲਾਂਗਾ ਮੁਕਾਬਲਾ ਕਿਤੇ ਨਾ ਰਹੂਗਾ ਕੀ ਲੱਗਦਾ ਸੱਚੋਰ ਝੂਠ ਦਾ ਮੁਕਾਬਲਾ ਸੱਚੋਰ ਝੂਠ ਦਾ ਕੋਈ ਪਾਰਟੀ ਦਾ ਮੁਕਾਬਲਾ ਨਹੀਂ ਹੈ ਸੱਚੋਰ ਝੂਠ ਦਾ ਕਾਂਗਰਸ ਉਧਰ ਆਮ ਜਿਹੜੇ ਲੋਕ ਵੱਡਿਆਂ ਕਾਂਗਰਸ ਨੇ 8500 ਦਾ ਵਾਅਦਾ ਕੀਤਾ ਹੈ ਗੱਲ ਨੂੰ ਵੀ ਰੱਖ ਲਈਏ ਕਾਂਗਰਸ ਨੇ 8500 ਦਾ ਵਾਅਦਾ ਕੀਤਾ ਦਿਨ ਲੋਕਾਂ ਨੂੰ ਚੰਨੀ ਸਾਹਿਬ ਨੂੰ ਅੱਜ ਹੋ ਗਿਆ ਬਣੇ 10 ਦਿਨ ਲੋਕਾਂ ਧੰਨਵਾਦੀ ਕਰਨ ਚਲੇ ਜਾਂ ਨਾ ਲੋਕ ਡਿੱਕ ਰਹੇ ਕਿ ਮੋਰ ਕਿੱਥੋਂ ਲਵਾਈਏ ਚੰਨੀ ਸਾਹਿਬ ਤੇ ਮਿਲਦੇ ਹੀ ਨਹੀਂ ਵੇ ਇਸ ਕਰਕੇ ਲੋਕ ਨਾ ਪ੍ਰਸਤਾਨ ਮੈਂ ਬਸਤੀ ਦਾ ਬੇਟਾ ਹਾਂ ਇਲਾਕੇ ਦਾ ਬੱਚਾ ਹਾਂ ਇਲਾਕੇ 'ਚ ਹੀ ਰਵਾਂਗਾ ਜਿੱਤ ਹਰ ਮੇਰੇ ਪਰਿਵਾਰ ਨੂੰ ਜਾਂ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਅਸੀਂ ਆਪਣੇ ਇਲਾਕੇ ਦੇ ਵਿੱਚ ਰਵਾਂਗੇ ਇਹ ਲੋਕ ਦਸ ਤੋ ਤਰੀਕ ਤੋਂ ਲੱਭਣਗੇ ਨਹੀਂ ਲੋਕੀ ਵੀ ਪੁੱਛਦੇ ਵੀ ਪਾਰਟੀ 'ਚ ਵੀ ਰਹੋਗੇ ਜੀ ਜਰੂਰ ਪਾਰਟੀ 'ਚ ਆ ਜੀ ਜਿਸ ਮੈਂ ਤੇ ਪਰਿਵਾਰ 'ਚ ਵਾਪਸ ਆਇਆ ਆਪਣੇ ਕੁਝ ਜਿਸ ਪਰਿਵਾਰ ਨੇ ਮੈਨੂੰ ਰਾਜਨੀਤੀ ਸਿਖਾਈ ਹੈ ਮੈਂ ਪੋਸਟਰ ਲਗਾਉਣ ਵਾਲਾ ਕਾਰਕਟਰਤਾ ਸੀ ਛੋਟਾ ਜਿਹਾ ਪਾਰਟੀ ਨੇ ਐਡਾ ਕੁਝ ਦਿੱਤਾ ਮੈਨੂੰ ਪਰ ਇਹ ਹੈ ਕਿ ਇਸ ਪਾਰਟੀ ਨੇ ਵਾਅਦੇ ਬਹੁਤ ਕਰ ਦਿੱਤੇ ਲੋਕਾਂ ਨੂੰ ਲੱਗਿਆ ਕਿ ਜਿਹੜੀ ਭਗਵੰਤ ਸਿੰਘ ਦੀ ਗਾਰੰਟੀ ਹੈ ਜਾਂ ਕੇਜਰੀਵਾਦੀ ਗਾਰੰਟੀ ਹੈ ਪੂਰੀ ਹੋਏਗੀ ਇੱਕ ਵੀ ਗਾਰੰਟੀ ਜਿਹੜੀ ਪੂਰੀ ਨਹੀਂ ਕਰ ਸਕੀਏ।